ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਤੇਜਵੰਤ ਕਿੱਟੂ ਅਤੇ ਅਕਸਰ ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣੇ ਯੂਟਿਊਬ ਚੈਨਲ 'ਤੇ ਕੁਛ ਨਾ ਕੁਛ ਇੱਦਾਂ ਦੀਆਂ ਚੀਜ਼ਾਂ ਲੈ ਕੇ ਆਉਂਦਾ ਰਹਿੰਦਾ, ਜਿੱਦਾਂ ਆਪਣੇ ਬੱਚਿਆਂ ਤੋਂ ਪੁਰਾਣੇ ਗਾਣੇ ਜਿਹੜੇ ਓਲਡ ਸੌਂਗਸ ਮੈਂ ਗਵਾਏ ਨੇ। ਅੱਜ ਵੀ ਅਸੀਂ ਬੈਠੇ ਹਾਂ ਨੋਇਡਾ 'ਚ, ਇਸ ਟਾਈਮ ਬੈਠੇ ਹਾਂ ਔਰ ਵੋਇਸ ਆਫ ਪੰਜਾਬ ਛੋਟਾ ਜਿਹਾ ਸੀਜ਼ਨ 6 ਦਾ ਜਿਹੜਾ ਹੈ ਪ੍ਰੈਕਟਿਸ ਸੈਸ਼ਨ ਚੱਲ ਰਿਹਾ ਸਾਡਾ। ਸਾਡੀ ਪੂਰੀ ਟੀਮ ਮੇਰੇ ਨਾਲ ਬੈਠੀ ਹੈ ਅਤੇ ਅੱਜ ਇੱਕ ਬੜੀ ਕਹਿ ਸਕਦੇ ਹੋ ਕਿ ਇੱਕ ਬੜੀ ਵਧੀਆ ਜੀ ਘਟਨਾ ਘਟੀ ਸਾਡੇ ਨਾਲ। ਮੇਰੇ ਨਾਲ ਨੇ ਇਸ ਟਾਈਮ ਤੁੰਬੀ ਦੇ ਸਾਡਾ ਬਹੁਤ ਹੀ ਯੰਗ ਮੁੰਡਾ ਨਵਨੀਤ ਜੌੜਾ, ਅਤੇ ਇਹ ਤੁੰਬੀ ਪਲੇਅ ਕਰਦਾ ਜੀ ਸਾਡੇ ਨਾਲ ਗਰੁੱਪ 'ਚ। ਇਹਨੂੰ ਫਸਟ ਟਾਈਮ ਅਸੀਂ ਵੋਇਸ ਆਫ ਪੰਜਾਬ ਦੇ ਵਿੱਚ ਐਜ਼ ਅ ਮਿਊਜ਼ੀਸ਼ੀਅਨ ਇਹਨੂੰ ਚਾਂਸ ਦਿੱਤਾ ਕਿ ਆਓ ਸਾਡੀ ਟੀਮ ਨੂੰ ਜੁਆਇਨ ਕਰੋ। ਅਤੇ ਵਜਾਉਂਦੇ ਵਜਾਉਂਦੇ ਅਚਾਨਕ ਮੈਂ ਕੀ ਦੇਖ ਰਿਹਾ ਕਿ ਇਹ ਬੰਦਾ ਤੁੰਬੀ 'ਤੇ ਇੰਡੀਅਨ ਕਲਾਸੀਕਲ ਮਿਊਜ਼ਿਕ ਜਿਹੜਾ ਉਹਦਾ ਸਟਾਈਲ ਪਲੇ ਕਰ ਰਿਹਾ, ਅਤੇ ਮੇਰੇ ਵਾਸਤੇ ਨਵੀਂ ਗੱਲ ਸੀ ਕਿਉਂਕਿ ਤੁਹਾਡੇ ਵਾਸਤੇ ਵੀ ਨਵੀਂ ਗੱਲ ਹੋਣੀ ਹੈ, ਕਿਉਂਕਿ ਆਮ ਤੌਰ 'ਤੇ ਜਿਹੜਾ ਇੰਸਟਰੂਮੈਂਟ ਦਾ ਮਿਜਾਜ਼ ਹੁੰਦਾ ਤੁੰਬੀ ਲੋਕ ਗੀਤਾਂ ਜਾਂ ਲੋਕ ਸੰਗੀਤ ਉਹਦੇ ਵਾਸਤੇ ਜਾਣੀ ਜਾਂਦੀ ਹੈ, ਪਰ ਉਹਨੂੰ ਇੱਕ ਅਲੱਗ ਅੰਦਾਜ਼ 'ਚ ਇਸ ਮੁੰਡੇ ਨੇ ਵਰਤਿਆ ਔਰ ਯੂਜ਼ ਕੀਤਾ। ਸੋ ਮੈਨੂੰ ਲੱਗਿਆ ਕਿ ਮੈਂ ਤੁਹਾਡੇ ਨਾਲ ਵੀ ਇਹ ਗੱਲ ਸਾਂਝੀ ਕਰਾਂ ਅਤੇ ਆਪਾਂ ਸੁਣਦੇ ਹਾਂ ਫਿਰ ਨਵਨੀਤ ਜੌੜਾ ਔਰ ਉਹਦੇ ਨਾਲ ਢੋਲਕ 'ਤੇ ਸਾਥ ਦੇ ਰਹੇ ਨੇ ਸਾਡੀ ਟੀਮ ਦੇ ਬਹੁਤ ਹੀ ਪੁਰਾਣੇ ਸਾਥੀ ਸਾਡੇ ਟਿੰਕਾ ਬਾਲੀ ਜੀ, ਅਤੇ ਆਓ ਸੁਣਦੇ ਹਾਂ ਆਪਾਂ ਇਹਨਾਂ ਨੂੰ, ਜ਼ਿਆਦਾ ਟਾਈਮ ਨਹੀਂ ਫਿਰ ਆਪਾਂ ਵੇਸਟ ਕਰਦੇ। ਆਓ ਜੀ, ਇਹ ਹੈ ਜੀ ਨਵਨੀਤ ਜੌੜਾ।